ਆਇਨਾ ਬਿਲ ਆਇਨੇ ਅਗਰ ਕੋਈ ਕਹਿੰਦੀਆਂ ਅੱਖਾਂ ਕੱਢ ਗਿੰਨੇ ਤਾਂ ਉਹਦੀਆਂ ਅੱਖਾਂ ਕੱਢੀਆਂ ਵੈਸੇ ਅਗਰ ਕੋਈ ਹੇਕ ਅੱਖ ਦਾ ਨੁਕਸਾਨ ਕਰੇ ਤਾਂ ਉਹਦੀ ਹੇਕ ਅੱਖ ਦੇ ਬਦਲੇ ਹੇਕ ਅੱਖ ਦਿੱਤੀ ਵੈਸੀ ਮੇਰਾ ਪਾਕ ਪੈਗੰਬਰ ਵਲ ਆਈ ਵਲ ਉਜ਼ੁਨ ਬਿਲ ਉਜ਼ੁਨੇ ਅਗਰ ਕਹ ਬੰਦੇ ਕਹਿੰਦਾ ਕੰਨ ਕੱਟ ਗਿਦਾ ਤਾਂ ਉਹਦਾ ਹੇਕ ਕੰਨ ਕਟਿਆ ਜਾਵਣਾ ਬਦਲੇ ਦੇ ਅੰਦਰ ਅਗਰ ਕਹ ਦੂ ਕੱਟ ਗਿਦਨ ਤਾਂ ਉਹਦੇ ਬਦਲੇ ਦੇ ਅੰਦਰ ਅਗਲੇ ਬੰਦੇ ਦੇ ਵੀ ਉਤਨੇ ਇੱਕ ਕੰਨ ਕਾਜ਼ੀ ਜੱਜ ਵੇਖ ਸੀ ਕਿਤਨੇ ਕ ਕੰਨ ਦੇ ਕਟੇ ਵਦਲੇ ਦੇ ਅੰਦਰ ਉਤਨਾ ਹੀ ਉਸ ਕਾਜ਼ਜਤੇ ਕਾਜ਼ੀ ਨੇ ਹੁਕਮ ਦੇਣਾ ਕਿ ਦਾ ਕੰਨ ਕਟਿਆ ਜਾਵੇ ਅਗੋਂ ਅੱਲਾਹ ਕਰੀਮ ਫਰਮਾਉਂਦਾ ਹੈ ਮਲਕ ਮਸਨ ਬਿਸਨ ਅਗਰ ਕਹ ਕਹਦਾ ਦੰਦ ਤੋੜ ਛੋੜਿਆ ਤਾਂ ਉਹਦੇ ਬਦਲੇ ਦੇ ਅੰਦਰ ਉਹਦਾ ਇੱਕ ਦੰਦ ਬਣ ਆਵੇ ਸੀ ਅਗਲਾ ਦੰਦ ਫੰਨਣ ਦੀ ਜ਼ਰੂਰਤ ਕਾਇ ਨਹੀਂ ਕਿਉਂਕਿ ਖੁਦਾ ਨੇ ਕਾਨੂੰਨ ਬਿਆਨ ਫਰਵਾ ਦਿੱਤੇ ਹੈ ਇਸ ਵਾਸਤੇ ਅੱਲਾ ਕਰੀਮ ਫਰਮਾਉਂਦਾ ਹੈ ਅਸਾਂ ਕਾਨੂੰਨ ਨੂੰ ਤਾਂ ਹੀ ਨਾਜ਼ਿਲ ਕੀਤਾ ਹੈ ਕਿ ਕਦਈ ਕੋ ਜ਼ਿੰਮੇਦਾਰ ਜਿਹੜਾ ਫਰਜ਼ਾ ਹੋਵੇ ਉਹ ਕਿ ਨਹੀਂ ਛੋਟਿਆਂ ਦੇ ਉੱਤੇ ਜ਼ੁਲਮ ਤੇ ਜ਼ਿਆਤੀ ਨਾ ਪਿਆ ਕਰਦਾ ਹੋਵੇ ਕਦਈ ਛੋਟੇ ਨੂੰ ਫਰ ਪੈਵਣੇ ਵੱਡੇ ਦੀ ਗਰੀਬਾਨ ਵਿੱਚ ਕਿ ਨਹੀਂ ਹੱਥ ਨਾ ਪਾਤੀ ਖਲੋਤਾ ਹੋਵੇ ਇਸ ਵਾਸਤੇ ਅੱਲਾ ਕਰੀਮ ਫਰਮਾਉਂਦਾ ਵਕਤਬੁਨਾ ਅਲੈਹਮ ਅਨਨ ਨਫਸ ਬਿਨ ਨਫਸੇ ਵਲੈਨ ਬਿਲ ਅਇਨੇ ਵਲ ਉਜ਼ਨਾ ਬਿਲ ਉਜ਼ਨੇ ਵਸ نا بے سین نے مل جروحا کہ سانس اللہ کریم فرماںدا ہے جڑا ایک دند اگر ٹوٹ گیا ہے جی اگر کہیں ادھا تروڑیا تا ادھا تروڑیا ہوئی سی اگر کہیں پورا تروڑیا تا پورا دند تروڑیا ہوئی سی اگر کہیں جتنی کہیں ضرب دیتی ہے جتنا کہیں زخم دیتا ہے تا اتنا ایک زخم دیتا ہوئی سی اگو اللہ کریم فرماںدا کہ میرے پاک پیغمبر محمد رسول اللہ فمن تصدق به ف ਵਾ ਕਫਾਰਤੁਲਾਹ ਦੇ ਸੋ ਬੰਦੇ ਦੀ ਅੱਖ ਨਿਕਲ ਗਈ ਹੈ ਡੰਡ ਭੰਨਾ ਗਿਆ ਹੈ ਕਹਿੰਦੇ ਜਾਨ ਕਤਲ ਹੋ ਗਈ ਹੈ ਅਗਰ ਉਹ ਮਾਫ ਕਰ ਦੇਵੇ ਤਾਂ ਵਾਹ ਵਾ ਕਫਾਰਤੁਲਾਹ ਵਾਹ ਵਾ ਕਫਾਰਤੁਲਾਹ ਹੱਥ ਅੱਲਾਹ ਪਾਕ ਮਾਫੀ ਦੋ ਤੇ ਬੜਾ ਖੁਸ਼ ਹੁੰਦਾ ਹੈ ਖੁਦ ਵੀ ਮਾਫ ਕਰ ਦਿੰਦਾ ਹੈ ਤੇ ਜਿਹੜਾ ਬੰਦਿਆਂ ਦੇ ਵਿੱਚੋਂ ਹੀ ਮਾਫ ਕਰੇ ਅੱਲਾਹ ਉਸਤੇ ਬੜਾ ਖੁਸ਼ ਹੁੰਦਾ ਹੈ ਹੁਣ ਦੇਖੋ ਪਰ ਜਾਨ ਕਤਲ ਕੀਤੀ ਖੜਾ ਹੈ ਕਹਿੰਦੀ ਅੱਖ ਕੱਢ ਸੱਟੀ ਐਸ ਹਾਂ ਕੰਨ ਕਪ ਲਿਆ ਕੋਈ ਐਸੇ ਜ਼ਖਮ ਦਿੱਤਨ ਵਾ ਤੋ ਵੀ ਖੁਦਾ ਇੱਕ ਰਾਹ ਦਸ ਦਿੱਤਾ ਕਿ ਮਤਾਂ ਉਹਨੂੰ ਰਹਿਮ ਆਵਨੇ ਕਿ ਯਾਰ ਮੇਰਾ ਤਾਂ ਸੋ ਜੋ ਨੁਕਸਾਨ ਹੋਣਾ ਆਈ ਹੋ ਗਿਆ ਚਲੋ ਅਗਲੇ ਦਾ ਤਾਂ ਨਾ ਹੋਵੇ ਨਾ ਵਾ ਸਮਝ ਆ ਰਹੀ ਏ ਕਿ ਨਹੀਂ ਆ ਰਹੀ ਇਥਾ ਇੱਕ ਮੁਸਲਮਾਨ ਕੌਮ ਨੂੰ ਹੌਸਲੇ ਦਾ ਸਬਕ ਦਿੱਤਾ ਹੈ ਸਬਰ ਦਾ ਦਰਸ ਕੁਰਾਨ ਪਾਕ ਨੇ ਦਿੱਤਾ ਹੈ ਕਿਉਂ ਜਿਹੜਾ ਮਾਫੀ ਵਾਲਾ ਹੱਥ ਹੁੰਦਾ ਨਾ ਉਹ ਉੱਤੇ ਹੁੰਦਾ ਹਮੇਸ਼ਾ ਜਿਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਉਹ ਹਮੇਸ਼ਾ ਥੱਲੇ ਰਹਿੰਦੇ ਨੇ ਮਾਫ ਕਰ ਦੇਵਣ ਵਾਲਾ ਇਸ ਵਾਸਤੇ ਸਭ ਤੋਂ ਵੱਡਾ ਬਹਾਦੂਰੀ ਤਾਂ ਉਹ ਜਿਹੜਾ ਆਪਣੇ ਗੁੱਸੇ ਉੱਤੇ ਕੈ ਕਰ ਵੰਨੇ ਕਾਬੂ ਕਰ ਜਾਵੇ ਸਾਡੇ ਤੋਂ ਤੁਹਾਡੇ ਗੁੱਸੇ ਝਲੀ ਜਾਣੀ ਚ ਨਹੀਂ ਆਂਦੇ ਇਵੇਂ ਹੈ ਕਿ ਨਹੀਂ ਸਾਨੂੰ ਕਦਹੀਂ ਕੋਈ ਹੱਕ ਬੁੱਝੇ ਹੀ ਦੇ ਛੋੜੇ ਜਾਂ ਕਦਹੀਂ ਕੋਈ ਹੱਥ ਦਾ ਇਸ਼ਾਰਾ ਹੀ ਕਰੇ ਤਾਂ ਅਸਾਂ ਉਹਦੀਆਂ ਸੱਤਾ ਨਸਲਾਂ ਤੱਕ ਵੈਰ ਰੱਖਦੇ ਆਂ ਉਹਦੀ ਵਜ੍ਹਾ ਕੀ ਹੈ ਕਿ ਅਸਲ ਜਿਹੜਾ ਕਾਨੂੰਨ ਕਾਇਦਾ ਅੱਲਾ ਦੇ ਕੁਰਾਨ ਨੇ ਬਿਆਨ ਕੀਤੇ ਉਹ ਸਾਡੇ ਅੰਦਰ ਮੌਜੂਦ ਕੋਈ ਨਹੀਂ ਅੱਲਾਹ ਅੱਲਾਚਾ ਫਿਰ ਤਵਜੂਹ ਹੈ ਨਾ ਤੁਹਾਡੀ ਅੱਲਾਹ ਕਰੀਮ ਫਰਮਾਉਂਦਾ اے ਮੇਰਾ ਪਾਗ ਪੈਗੰਬਰ فرماتا صدق کبھی فهو وكفاره الله اگر کوئی بندہ کسی بندے نو معاف کر دیوے تو اللہ کریم فرماں دا اے حقوق کلا نہیں بلکہ حقوق العباد ہے دانت روٹ ونجنا اکھاں دا نکل ونجنا تے کان دا کٹیج ونجنا اے چون کے بندے دا معاملہ ہے اگر بندہ بندے کولوں جداں معافی چاہنگدا ہے اللہ فرماں دا ہے جے او معاف کر دیوے تا میں تا اگے ہی معاف کر دیندا ہوں نا جے اگر او ਆਪਸ ਦੇ ਅੰਦਰ ਰਾਜ਼ੀ ਪਾਜ਼ੀ ਹੋ ਜਾਵੇ ਨਾ ਜਿਵੇਂ ਕਿਸੇ ਆਖੇ ਮੀਆਂ ਬੀਵੀ ਰਾਜ਼ੀ ਤੇ ਕੀ ਕਰੇ ਮੁੱਲਾ ਤੇ ਕਾਜ਼ੀ ਇਸ ਵਾਸਤੇ ਵਿਚਾਲ ਚ ਫਿੱਕੇ ਗੰਨੇ ਚੂਪਣ ਵਾਲੇ ਕਈ ਹਜ਼ਰਤ ਵਦੇ ਹੁੰਦੇ ਨਾ ਉਹ ਮੀਆਂ ਤੁਸੀਂ ਸੁਲੋ ਕੀਤੀ ਏ ਤਾਂ ਕਿਉਂ ਕੀਤੀ ਏ ਬਾਦਸ਼ਾਹ ਤੁਸੀਂ ਤਾਂ ਬੜਾ ਜ਼ੁਲਮ ਕੀਤਾ ਹੈ ਉਹਨਾਂ ਤੁਹਾਡੇ ਨਾਲ ਇਤਨਾ ਜ਼ੁਲਮ ਕੀਤਾ ਹੈ ਕਮ ਅਜ਼ ਕਮ ਉਹਨਾਂ ਕੋ ਮਜ਼ਾ ਤਾਂ ਚਖਾਵਾ ਮਗਰ ਅੱਲਾ ਕਰੀਮ ਫਰਮਾਦਾ ਏ ਮੇਰਾ ਪਾਕ ਪੈਗੰਬਰ ਮੁਹੰਮਦ ਰਸੂਲullah ਵਮਨ ਤਾਂ ਸੱਦਾ ਕਬੀ ਫਹੁਵਾ ਕਫਾਰਤullah ਦਿੱਤਾ ਜੇ ਅਗਰ ਜਾਨ ਵੀ ਗਿੱਦੀ ਖਲੋਤਾ ਹੈ ਵਾਰਿਸ ਅਗਰ ਮਾਫ ਕੀਤੀ ਖਲੇ ਨਾ ਉਹ ਬੰਦਾ ਆਪ ਮਾਫ ਕੀਤੀ ਖੜਾ ਹੈ ਮਾਫ ਤੁਸੀਂ ਕਰਦੇ ਜਾਓ ਤੇ ਮਾਫੀ ਦਾ ਐਲਾਨ ਮੈਂ ਅੱਲਾ ਖੁਦ ਕਰਦਾ ਜਾਵਾਂਗਾ ਕਿਉਂਕਿ ਉਹਦੀ ਵਜ੍ਹਾ ਕੀ ਹੈ ਅੱਲਾ ਕਰੀਮ ਨੇ ਫਰਮਾਇਆ ਯਾਫੂ ਨਾਨ ਨਾਸ ਜਿਹੜੇ ਲੋਗ ਲੋਗਾਂ ਨੂੰ ਯਾਫੂ ਨਾਨ ਨਾਸ ਮਾਫ ਕਰ ਦਿੰਦੇ ਨਾ ਮਾਫ ਕਰ ਦੇਵਣਾ ਉਹਨਾਂ ਦਾ ਮਸ਼ਗਲਾ ਹੁੰਦਾ ਹੈ ਤਾਂ ਅੱਲਾ ਕਰੀਮ ਕੇ ਫਰਮਾਦਾ ਹੈ ਇਨ ਅੱਲਾ ਯੁਹਿਬੁਲ ਮੁਹਸਿਨੀਨ ਉਹ ਅੱਲਾ ਦੇ ਯਾਰ ਨੇ ਉਹ ਮੈਂ ਅੱਲਾ ਦੇ ਦੋਸਤ ਨੇ ਮੈਂ ਅੱਲਾ ਦੇ ਮੋਹsene ਨੇ ਉਹ ਮੈਂ ਅੱਲਾ ਕਰੀਮ ਦੇ ਮੁਕਰਬ ਦੀਆਂ ਸਿਫਤਾਂ ਆਉਂਦੀਆਂ ਨੇ ਕਿ ਜਦਨ ਵੀ ਕੋਈ ਜੁਰਮ ਕਰੇਂਦੇ ਨਾ ਉਹਨਾਂ ਦੀ ਜ਼ਾਤ ਨਾਲ ਹੁੰਦਾ ਤਾਂ ਉਸ ਨੂੰ ਉਹ ਮaaf ਕਰ ਦਿੰਦੇ ਨਾ ਉਸ ਨੂੰ ਕਿ ਕਰ ਦਿੰਦੇ ਮaaf ਕਰ ਦਿੰਦੇ ਨਾ ਹਾਂ ਵਾਹ ਜਿੱਥਾਂ ਸਿਆਣਿਆਂ ਦਾ ਮਸਲਾ ਬਣੇ ਤਾਂ ਉੱਥੋਂ ਉਹ ਕਹਿਆ ਜਨ ਕਿ ਯਾਰ ਤੁਹਾਨੂੰ ਅੱਲਾ ਹੀ ਮaaf ਕਰ ਸਕਦਾ ਹੈ ਤੁਹਾਨੂੰ ਕਾਹ ਮaaf ਕਰਨਾ ਹੈ ਉਹ ਜਿਵੇਂ حضرت ਯਾਕੂਬ ਅਲੈਹਿਸਸਲਾਮ ਆਪਣੇ ਪੁੱਤਰਾਂ ਕੋ ਆਖਿਆ ਇਹ ਮਸਲਾ ਵੀ ਅੱਲਾਹ ਤਾਂ ਸਮਝਾਇਆ ਕਿ ਮਤਾਂ ਕੋ ਆਖੇ ਮੇਰਾ ਅੱਬਾ ਆਲੇ ਮੇ है तो मेरा अब्बा जनाब फलाए फलाए तो असा भी बख्शीज बजना है अल्लाह करीब फरमा कि जितना हज़रत यूसुफ अल्लाम तोहराव का मसला आवे उथ भी आखे कि यागो फेर उल्लाकुम तेन अल्लाह माफ़ करे तो हज़रत यकूब पैगंबर भी फरमाया कि अन करीब थोड़े वास्ते मैं अपने रब को इस्तेफार कर सर्जी बन गई तो थानू तो माफ़ कर देसी अगर न बनी तो फिर मेरे अंदर भी ताकत यानी हेक हकूक उल तो हेक हकूक उल ये ਬਾ ਸਮਝ ਰਹਾ ਹੋ ਕਿ ਨਹੀਂ ਸਮਝ ਰਹਾ ਇਸ ਵਾਸਤੇ ਅਗੋ ਅੱਲਾ ਕਰੀਮ ਨੇ ਫਰਮਾਇਆ ਕਿ ਮੇਰਾ ਪੈਗੰਬਰ ਫਾਉਲਾਇਕਹੁ ਜ਼ਾਲਿਮੂਨ ਪਿਛਲਾ ਫਤਵਾ ਉਲਾਇਕਹੁ ਕਾਫਿਰੂਨ ਅਗਲਾ ਫਤਵਾ ਉਲਾਇਕਹੁ ਜ਼ਾਲਿਮੂਨ ਅੱਲਾ ਫਰਮਾਂਦਾ ਹੈ ਜਦਾਂ ਮੇਰਾ ਪੈਗੰਬਰ ਇਨਾ ਅਹਕਾਮ ਦੇ ਮੁਤਾਬਿਕ ਜਿਹੜਾ ਫੈਸਲਾ ਨਾ ਕਰੇ ਤਾਂ ਉਹਦੇ ਨਾਲ ਦਾ ਜ਼ਾਲਿਮ ਮੈਂ ਅੱਲਾ ਦੀ ਕਾਇਨਾਤ ਵਿੱਚ ਕੋਈ ਨਹੀਂ ਅਗਰ ਕਹੇ ਆਖ਼ਰ ਤੋੜੀਏ ਤਾਂ ਆਖ਼ਰ ਤੋੜ ਜ਼ਿਆਦਾ ਨੁਕਸਾਨ ਨਾ ਕਰ ਵਰਨਾ ਕਿ ਤਾ ਉਹ ਜ਼ਾਲਿਮ ਤੇ ਉਹ ਮਜ਼ਲੂਮ ਬਣਿਆ ਖੜਾ ਹੈ ਹੁਣ ਜੇ ਅਗਰ ਤੂੰ ਜ਼ਾਲਿਮ ਬਣ ਸੇ ਉਹ ਮਜ਼ਲੂਮ ਬਣ ਵਈ ਸੀ ਅਗਰ ਤੂੰ ਜ਼ਿਆਦਾ ਹੱਦ ਤੂੰ ਜ਼ਿਆਦਾ ਬਦਲਾ ਕੇ ਨਸੇ ਤਾਂ ਇਸ ਵਾਸਤੇ ਅੱਲਾਹ ਕਰੀਮ ਕੇ ਫਰਮਾਂਦਾ ਹੈ ਜਿਹੜਾ ਕੁਝ ਮੇਰੀ ਕਿਤਾਬ ਕੁਰਾਨ ਪਾਕ ਨੇ ਫੈਸਲਾ ਕਰ ਦਿੱਤਾ ਹੈ ਜਬ ਤੱਕ ਉਹਦੇ ਮੁਤਾਬਿਕ ਫੈਸਲਾ ਨਹੀਂ ਕਰੋਗੇ ਇਤਨੇ ਤੱਕ ਕਦੇ ਤੁਸੀਂ ਕਾਮਯਾਬ ਹੋ ਨਹੀਂ ਸਕਦੇ ਜਿਹੜਾ ਹੁਕਮ ਮਿਲਣਾ ਕਿੱਥੋਂ ਮਿਲਣਾ ਹੈ अल्लाह की किताब चो। एक अगली आयत तो सुनो उस तो बाद फिर एक फैसला सुना अल्लाह के पाक पैगंबर दल्लाहो लाखो एक बारी सल अल्लाह करीम ने पहले फरमाया कि असा किताब तौरात तो नू नूर भी बनाया हिदायत भी ਬਣਾਇਆ ਉਹ ਗੁਨਾਲ ਹੀ ਅੱਲਾ ਕਰੀਮ ਫਰਮਾਦਾ ਹੈ ਵਕਫੈਨਾ ਅਲਾ ਆਸਾਰੇ ਇਹ ਮੇਰਾ ਪਾਕ ਪੈਗੰਬਰ ਜਦੋਂ ਹਜ਼ਰਤ موسی ਪੈਗੰਬਰ ਤੋਂ سلسلہ ਅੰਬਿਆ ਦਾ ਚੱਲਦਾ ਆਇਆ ਹੈ ਉਲਮਾ ਦਾ سلسلہ ਚੱਲਦਾ ਆਇਆ ਹੈ ਉਸ ਤੋਂ ਬਾਅਦ ਅਸਾਂ ਆਪਣੇ ਪਿਆਰੇ ਪੈਗੰਬਰ ਹਜ਼ਰਤ ਈਸਾ ਅਲੈ ਸਲਾਮ ਨੂੰ ਨਬੂਵਤ ਦਾ ਤਾਜ ਪਵਾਇਆ ਜਿਹੜੇ ਵੇਲੇ ਅੱਲਾ ਫਰਮਾਦਾ ਹੈ ਬਈ ਸਭ ਨੇ ਮਰੀਮ ਮੁਸੱਦਕ ਲਿਮਾ ਬਈਨ ਯਦਈਏ ਤੇ ਜਿਹੜਾ ਕੁਝ ਪਿੱਛੇ ਉਹਨਾਂ ਕੋਲ ਮੌਜੂਦਾਈ ਉਹਨਾਂ ਸਾਰੀਆਂ ਕਿਤਾਬਾਂ ਦੀ ਤਸਦੀਕ ਕਰਨ ਵਾਲੀ ਤਾਂ ਇنجੀਲ ਹੈ ਸਾਰੀ ਕਿਹੜੀ ਕਿਤਾਬ ਹੈ ਪਹਿਲੇ ਹਜ਼ਰਤ ঈਸਾ ਅਲੈ ਸਲਾਮ ਵੀ ਉਹਦੀ ਤਸਦੀਕ ਕੀਤੀ ਫਿਰ ਉਹਦੀ ਕਿਤਾਬ ਇنجੀਲ ਨੇ ਵੀ ਕੀ ਕੀਤੀ ਤਸਦੀਕ ਕੀਤੀ ਯਾਨੀ ਪਿਛਲਾ ਜੋ ਕੁਝ ਵੀ ਅੰਬਿਆ ਨੇ بیان ਕੀਤਾ ਉਹ ਕਮਾ ਹੱਕੂ ਹੱਕ بیان ਕੀਤਾ ਇੰਨਾ ਤਰਾਏ ਕਿ ਅਚਾ ਡੂ ਕਿਤਾਬਾਂ ਹੋ ਗਈਆਂ ਅੱਗੇ ਜਾ ਕੇ ਅੱਲਾ ਕਰੀਮ ਤਵਜਿਹ ਰ ਤੁਹਾਡੀ ਕਹਾਂ ਕਹੋ ਯਾਰ ਬੰਦਾ ਭੁੱਲਣ ਲੱਗ ਵੈਂਦਾ ਹੈ

ਮੇਰੀ ਇੰਜੀਲ ਦੇ ਅੰਦਰ ਵੀ ਹਿਦਾਇਤ ਤੇ ਨਾਲ ਕੇ ਹਈ ਨੂਰ ਹੀ ਮਲੂਮ ਹੁੰਦਾ ਹੈ ਅਗਰ ਬੰਦੇ ਦਾ ਕੁਝ ਬਣ ਸਕਦਾ ਹੈ ਤਾਂ ਲਦੀਆਂ ਉਤਰੀਆਂ ਹੋਈਆਂ ਕਿਤਾਬਾਂ ਵਿੱਚੋਂ ਪੜਨ ਨਾਲ ਉਹਨਾਂ ਦੇ ਮੁਤਾਬਕ ਫੈਸਲਾ ਕਰਨ ਨਾਲ ਬਣ ਸਕਦਾ ਹੈ ਆਪਣੀ ਮਰਜ਼ੀ ਨਾਲ ਕੁਝ ਕਰਨ ਨਾਲ ਬਣ ਸਕਦਾ ਕੋਈ ਨਹੀਂ ਕਿਉਂਕਿ ਰੋਸ਼ਨੀ ਵੀ ਉਵਾ ਤੇ ਹਿਦਾਇਤ ਵੀ ਉਵਾ ਵਾ ਲਗੇ ਫਰਮਾਇਆ ਮੁਸੱਦਕ ਲਿਮਾ ਬੈਨ ਯਦੇ ਮਿਨ ਤੌਰਾਤ ਅੱਲਾ ਕਰੀਮ ਫਰਮਾਇਆ ਉਸ ਮੇਰੀ झील ने आके तो भी तस्दीक की थी। पिछले अंबे वाले थी भी मेरी उस किताब ने तस्दीक की वाल सिलसिला इत बंद नहीं होया अल्लाह करीम ने अगुके फरमाया ਕੂਨ ਪਹਿਲੇ ਕਾਫਰੂਨ ਵਤ ਜ਼ਾਲਿਮੂਨ ਵਲ ਫਾਸਿਕੂਨ ਇੱਕ ਰਕੂ ਦੇ ਅੰਦਰ ਅੱਲਾ ਤਰਾਏ ਮਸਲੇ ਬਿਆਨ ਕੀਤੇ ਤੇ ਉਹਨਾਂ ਤਰਾਏ ਕਿਤਾਬਾਂ ਦਾ ਜ਼ਿਕਰ ਕਰਕੇ ਅੱਲਾ ਕਰੀਮ ਫਰਮਾਂਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਕਰੇ ਉਹ ਕਾਫਰ ਵੀ ਹੈ ਜਿਹੜਾ ਇਹਨਾਂ ਦੇ ਖਿਲਾਫ ਕਰੇ ਉਹ ਜ਼ਾਲਿਮ ਵੀ ਹੈ ਜਿਹੜਾ ਇਹਨਾਂ ਦੇ ਖਿਲਾਫ ਫੈਸਲਾ ਕਰੇ ਉਹ ਫਾਸਿਕ ਵੀ ਹੈ ਕਿਤਾਬ ਵਾਲੇ ਲਿਖ ਦੇਣ ਤਫਸੀਰ ਵਾਲੇ ਲਿਖ ਦੇਣ ਕਿ ਅੱਲਾ ਕਰੀਮ ਆਪਣੇ ਇਤਨੇ ਗੁੱਸੇ ਦੇ ਅੰਦਰ ਆਇਆ ਹੈ ਅੱਲਾ ਕਰੀਮ ਇਤਨੇ ਆਪਣੇ ਜਲਾਲ ਦੇ ਅੰਦਰ ਆਇਆ ਹੈ ਕਿ ਅੱਲਾ ਕਰੀਮ ਨੇ ਆਪਣੇ ਸਖਤ ਤਰੀਨ ਗੁੱਸੇ ਦਾ ਐਲਾਨ ਕੀਤਾ ਹੈ ਕਿ ਖਬਰਦਾਰ ਮੌਲਵੀਓ ਖਬਰਦਾਰ ਪੀਰੋ ਉਹ ਉਹਨਾਂ ਦੇ ਮੰਨਣ ਵਾਲਿਓ ਜੇ ਤੋਣੀ ਫੈਸਲਾ ਮੇਰੀ ਕਿਤਾਬ ਕੋਲੋ ਨਾ ਕਰਈਸੋ ਇਤਨੇ ਤੱਕ ਤੁਹਾਡੇ ਪੱਲੇ ਕੱਖ ਵੀ ਨਹੀਂ ਰਹਿ ਸਕਦਾ ਤੁਹਾਡੇ ਪੱਲੇ ਕੁਝ ਵੀ ਰਹਿ ਸਕਦਾ ਹੁਣ ਆ ਗਈ ਹੈ ਸਾਡੀ ਕਿਤਾਬ ਤوجਹੇ ਨਾ ਅੱਲਾਹ ਕਰੀਮ ਫਰਮਾਦਾ ਵਨਜ਼ਲਨਾ ਇਲੈਕਲ ਕਿਤਾਬ ਬੱਲ ਹਕ ਇਹ ਮੇਰਾ ਪਾਕ ਪੈਗੰਬਰ ਮੁਹੰਮਦੁਰ ਰਸੂਲੁਲਾ ਤੋਰਾ ਤਈਤ ਅੱਲਾਹ ਦਾ ਨੂਰ ਹਿਦਾਇਤ ਇੰਜੀਲ ਤਈਤ ਅੱਲਾਹ ਦਾ ਨੂਰ ਤੇ ਹਿਦਾਇਤ ਮਗਰ ਜਿਹੜੇ ਵੇਲੇ ਇਹ ਕਿਤਾਬ ਹੈ ਅੱਲਾਹ ਦਾ ਅਨਜ਼ਲਨਾ ਇਲੈਕਲ ਕਿਤਾਬ ਬੱਲ ਘਾਕ ਇਹ ਮੇਰਾ ਪਾਕ ਪੈਗੰਬਰ ਹੁਣ ਤੇਰੇ ਕੋਲ ਆ ਗਿਆ ਹਕ ਤੇ ਸੱਚ ਮੇਰਾ ਮੁਹੰਮਦੁਰ ਰਸੂਲ اللہ ਹੁਣ ਤੁਸੀਂ ਕੀ ਕਰਨਾ ਹੈ ਮੁਸਦਕ ਲਿਮਾ ਬਹੀ ਨਯਦਈਏ ਇਹ ਪਿਛਲੀਆਂ ਸਾਰੀਆਂ ਕਿਤਾਬਾਂ ਦੀ تصدیق ਕਰੰਦੀ ਏ اگر ਉਹਨਾਂ ਦੇ ਹੱਕ ਤੇ ਸੱਚ ਦਾ ਪਤਾ ਲੱਗ ਸਕਦਾਈ ਤਾਂ ਮੇਰਾ ਪੈਗੰਬਰ ਇਸੇ ਕੁਰਾਨ ਨਾਲ ਲੱਗ ਸਕਦਾਈ ਸੁਭਾਨ ਅੱਲਾਹ ਇਸ ਤੋਂ ਇਲਾਵਾ ਕਿਸੇ ਨਾਲ ਪਤਾ ਲੱਗ ਸਕਦਾ ਮਾ ਲਗੂ ਕੇ ਫਰਮਾਇਆ ਇਹ ਉਹ ਕਿਤਾਬ ਹੈ ਮਨਲ ਕਿਤਾਬ ਮੁਹੈਮਨਨ ਮੇਨਾਲ ਕਿਤਾਬ ਹੈ ਮੁਹੈਮਨ ਇੱਕ ਕੰਟਰੋਲ ਹੈ ਮੇਰਾ ਪੈਗੰਬਰ ਤੇ ਕਿਛ ਹੈ ਇੱਧੇ ਉੱਧੇ ਹੱਲਣਾ ਇਹਦਾ ਮੂਡ ਕੰਟਰੋਲ ਹੁੰਦਾ ਨਾ ਆਪਣਾ ਆਪਣਾ ਆਪਸ਼ਾਨ ਹੈ ਈਵੇਂ ਗੱਲ ਹੈ ਕਿ ਨਹੀਂ ਇਸ ਵਾਸਤੇ ਅੱਲਾ ਕਰੀਮ ਜਦਾ ਤੌਰਾਤ ਕੋ ਵੀ ਨਾਜ਼ਲ ਕਰਨ ਵਾਲਾ ਆਪੇ ਇੰਜੀਲ ਕੋ ਵੀ ਨਾਜ਼ਲ ਕਰਨ ਵਾਲਾ ਆਪੇ ਮਗਰ ਤੌਰਾਤ ਇਹ ਤਾਂ ਦੇ ਨੂਰ ਤੇ ਹਿਦਾਇਤ ਇੰਜੀਲ ਵੀ ਆਪ ਚ ਭੇਜੀ ਐ ਆਪਣੇ ਪੈਗੰਬਰਾਂ ਤੇ ਭੇਜੀ ਐ ਵਤ ਵੀ ਆ ਦੇ ਨੂਰ ਤੇ ਹਿਦਾਇਤ ਮਗਰ ਜਿਹੜੇ ਵੇਲੇ ਇਹ ਕਿਤਾਬ ਹੈ ਪਹਿਲੇ ਆਖਿਆ ਇਨਾ ਅਨਜ਼ਲਨਾ ਇਲੈਕ ਇਲੈਕਲ ਕਿਤਾਬ ਬਿਲ ਹਕ ਵਲ ਗੁਨਾਲਾ ਦੇ ਮੈਂ ਅੱਲਾ ਪਾਕ ਕਿ ਮੈਂ ਨਲ ਕਿਤਾਬ ਮੁ ਮਿਨਲ ਕਿਤਾਬੇ ਮੁਹੈਮਿਨਾ ਨੇ ਕੰਟਰੋਲਰ ਅਲੈ ਫਾਹਕੁਮ ਬੈਨਹੁਮ ਜਦਨ ਵੀ ਫੈਸਲਾ ਕਰੇ ਫਾਹਕੁਮ ਬੈਨਹੁਮ ਮੇਰਾ ਪੈਗੰਬਰ ਇਨਾਂ ਦੇ ਦਰਮਿਆਨ ਤਾਂ ਹੁਣ ਕੁਰਾਨ ਨਾਲ ਫੈਸਲਾ ਕਰੇ ਤੌਰਾਤ ਪੜਨ ਦੀ ਵੀ ਇਜਾਜ਼ਤ ਕੋਈ ਨਹੀਂ ਇੰਜੀਲ ਦੀ ਵੀ ਤਸਦੀਕ ਕਰਾਉਣ ਦੀ ਜ਼ਰੂਰਤ ਕੋਈ ਨਹੀਂ ਹੁਣ ਜਦਾਂ ਵੀ ਕਰੇ ਫਾਹਕੁਮ ਬੈਨਹੁਮ ਉਸ ਨਾਲ ਕਰੇ ਬਿਮਾ ਅਨਜ਼ਲ ਅੱਲਾ ਜਿਹੜਾ ਕੁਝ ਮੈਂ ਨਾਜ਼ਲ ਕੀਤਾ अल्लाह अपने पैगंबर को भी अपनी मर्जी नहीं करनी बिमा अंजल अल्लाह जेड़ा कुछ मैं नाजल किया इत मैं थी है थोड़ी अल्लाह करीम फरमाया वाला बे आहवा वाह आहो इन्ह खुशी दे मगर मेरा पैगंबर ना पिया चले इन्हों की खुशी दे मगर वो केड़ी खुशी आई ओ थो इब्तद दसा गया ਅੱਲਾ ਫਰਮਾਇਆ ਕਿ ਅੰਮਾ ਜਾ ਆਕਾ ਮੇ ਨਾਲ ਹੱਕ ਹੁਣ ਇਹਨਾਂ ਦੇ ਪਿੱਛੇ ਨਾ ਚੱਲੇ ਭਾਵੇਂ ਯਹੂਦੀਆਂ ਦੇ ਮੌਲਵੀ ਹੋਵਣ ਭਾਵੇਂ ਕੋਈ ਪੀਰ ਤੇ ਮੁਅੱਲਮ ਹੋਵਣ ਮੇਰਾ ਪਾਕ ਪੈਗੰਬਰ ਤੁਹਾਨੂੰ ਗੱਲ ਭੁੱਲ ਗਈ ਸੀ ਮੈਂ ਤੁਹਾਨੂੰ ਆਪ ਯਾਦ ਕਰਾਵਾਂ ਜਾ ਉਹ ਰਲ ਕੇ ਆਏ ਹਨ ਕਿ ਅਸਾਂ ਹੈ ਮੌਲਵੀ ਤੇ ਸਾਡੇ ਪਿੱਛੂ ਪੂਰੀ ਜਮਾਤ ਜਮਾਤ ਹੈ ਯਾਦ ਆ ਗਈ ਗੱਲ ਨਾ ਇਸ ਵਾਸਤੇ ਤੂੰ ਸਾਡੀ ਮਰਜ਼ੀ ਦੇ ਮੁਤਾਬਕ ਫੈਸਲਾ ਚੱਕਰ ਤਾਂ ਅਸਾਂ ਸਾਰੇ ਤੇਰੇ ਹੋਣ ਵੀ علامه ਸਾਹਿਬ ਕਵਾਦ ਨੇ ਇਹ মুশরিক ਦੀ ਕੁੱਠੀ ਵਾਲਾ ਮਸਲਾ ਛੋੜ ਅਸਾ ਸਾਰੇ ਤੇਰੇ ਨਾਲ ਆ। ਮੌਲਵੀ ਆਧਿਆਨ ਕੇ ਤਵੀਜ਼ਾਂ ਵਾਲਾ ਮਸਲਾ ਛੋੜ ਦੇ ਅਸਾ ਤੇਰੇ ਨਾਲ। ਓਏ علامه ਸਾਹਿਬ ਰahmatullahi ਦੇ ਮਾਜ਼ ਅੱਲਾ ਕਿਸੇ ਕੋਈ ਪਿਓ ਦਾ ਮਸਲਾ ਘੜਿਆ ਹੋਇਆ ਆਈ। ਜਾਂ ਕੋਈ ਜ਼ਾਤੀ ਆਪਣਾ ਕਿਤੇ ਰੱਖੀ ਖੜਾ ਆਈ। ਉਹ ਮਸਲਾ ਇਹੋ ਕੋ ਤਾਂ ਬਾਰ-ਬਾਰ ਆਦਾ ਆਈ ਕਿ ਲੋਕੋ ਕੁਰਾਨ 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 ਕੁਰਾਨ। ਉਸ ਰੌਟ ਲਗਾਈਏ ਇੱਕ ਬਾਤ ਦੀ ਆਖਰੋ ਦੀ وجہ ਕੀ ਹੈ? क्योंकि अल्लाह अपने पैगंबर को भी आदत जदन ही फैसला करें कड़ी किताब चु करें ते वाला तत्म अम्मा जाका जदन हक तेरे पैगंबर आ गया है लिहाजा उन्होंने खुशी के पिछे न चले कि जडा हूँ ओलामाये यहूद आखते कि सारियाँ गू चम असा पूरे वफद के कौम बिरादरी समय तेरे मुसलमान हो अ फरमाया कि मेरा पैगंबर कोई बने भावे न बने मेरे कुरान के फैसले के खिलाफ करा की रत्ती बराबर जरूरत कोई नहीं बात समझ आई कि नहीं आई आगे अगे देखो अल्लाह अल्लाह टाइम के लिए खत्म तो नहीं किया अच्छा फिर अगु अल्लाह करीम फरमाता है, ए मेरे पाक पैगंबर मोहम्मद रसूलुल्लाह वा अनहकुम बैनहुम बिमा अनसलल्लाह ਜਦਨ ਵੀ ਫੈਸਲਾ ਕਰੇ ਤਾਂ ਮੇਰਾ ਪੈਗੰਬਰ ਉਸ ਨਾਲ ਕਰੇ ਜਿਹੜਾ ਕੁਝ ਮੈਂ ਤੇਰੇ ਉਤੇ ਕੇ ਕੀਤਾ ਹੈ ਨਾਜ਼ਿਲ ਕੀਤਾ ਹੈ ਤੇ ਅੱਲਾ ਕਰੀਮ ਫਰਮਾਇਆ ਫ ਇਨ ਤਵ ਅੱਲਾ ਵਾਲਕੇ ਫਰਮਾਇਆ ਵਲਾ ਤੱਬ ਅਹਵਾ ਅਹਮ ਵਹਜ਼ਰਹੁਮ ਇਹ ਮੇਰਾ ਪਾਕ ਪੈਗੰਬਰ ਜਦਨ ਤੂੰ ਉਹਨਾਂ ਦੇ ਦਰਮਿਆਨ ਫੈਸਲਾ ਕਰੇ ਸੇ जरा तू दरमान क्या करसे फैसला करे से वल उन्होंने खुशी भी मद्देनजर न रखें दुनिया की जीनत भी अल्लाह पाग फरमा कि मद्देनजर न रख्या है कुछ फैसला करे जी चीज कर का हुक्म अल्लाह ने तुमू कर दिता है वल फरमाया कि आई यफ तेनाम बान ये भाग पैगंबर अल्लाह करीम ने एक बड़ी मजेदी तय दी गल उम्मे मुहम्मद रसूल उल्लाझा ਆਈਏ ਅੱਲਾ ਦੇ ਪਾਕ ਪੈਗੰਬਰ ਨੂੰ ਅੱਲਾ ਦਾ ਹੈ ਕਿ ਇਹਨਾਂ ਦੀ ਖਾਇਸ਼ਾਂ ਦੇ ਮੁਤਾਬਿਕ ਫੈਸਲਾ ਨਾ ਕਰੇ ਕਿਉਂ ਬਾਜ਼ ਇਹਨਾਂ ਦੇ ਵਿੱਚੋਂ ਚਾਰ ਬਲਿਸਾਨ ਵੀ ਹੋ ਜਾਈਨ ਯਹੂਦੀਆਂ ਦੇ ਵਿੱਚੋਂ ਉਹਨਾਂ ਦੇ ਵਿੱਚ ਹੋਈ ਹੋ ਜਾਈਆਂ ਚੋਪੜੀਆਂ ਆ ਕੇ ਗੱਲਾਂ ਕਰਦੇ ਨੇ ਕਿ ਇਹ ਮੇਰਾ ਪੈਗੰਬਰ ਆਈ ਸ਼ਾਫਤ ਨੂ ਨਕਨ ਬਾਜ਼ਨ ਬਾਜ਼ ਗੱਲਾਂ ਦੇ ਵਿੱਚੋਂ ਤੈਨੂੰ ਵੀ ਰਸਤੇ ਤੋਂ ਤੂੰ ਹਟਾ ਦੇਸਨ ਮੇਰਾ ਪਾਕ ਪੈਗੰਬਰ ਹੈ ਤੇਰੀ ਖੈਰ ਐਡੇ ਕਾਹਰ ਦੇ ਆਲਮ ਤਹਾਨ ਨਾ कितना इलमता अल्लाह उन्होंने दिता कि अल्लाह अपने पैगंबर को आ आई याफ्ते नू ना का मेरा पैगंबर बाज भी तेरे कि नहीं ये को राह तू हटा भी न दे ना इस वास्ते मसला बयान कर जोड़ा मसला कें बयान किया है क्योंकि किताब उतू आवन वाली किताब है ये तलविया देते मगर उतले को कोखा दे सदते आओ थोड़ा जो सूरत निशा की थो जत करावि मसला जड़े एक मिसाल वाजे हो जाए, थोड़ा जाए। ਅੱਲਾ ਕਰੀਮ ਨੇ ਆਪਣੇ ਪਿਆਰੇ ਪੈਗੰਬਰ ਮੁਹੰਮਦੁਰ ਰਸੂਲ ਉੱਲ ਨੂੰ ਫਰਮਾਇਆ असल जे अंदर उम्म मुहम्मद उल रसूल सबक़ी ख़ुशी करो खमी करो के धी शादी बि अगरि करण लॻायो त पहले की असां रिश्ता किथे करण ते रिश्ता किथे नई करण जॾहिं मेड़ी मर्ज़ी जे मुताब करे सो त ने नफ़े नफ़े हो मेर मर्ज़ी जे ख़िलाफ़ करे सो त सि वाह नुक़सान त सिलत नसीब कुझु नओं उस तुसां मां अलाह ਫੈਸਲੇ ਤੇ ਮਰਜ਼ੀ ਕੋ ਛੋੜ ਦਿੱਤਾ ਹੈ ਤੇ ਆਪਣੀ ਮਰਜ਼ੀ ਦੇ ਮੁਤਾਬਿਕ ਰਿਸ਼ਤੇ ਕਰਨੇ ਸ਼ੁਰੂ ਕਰ ਦਿੱਤੇ ਨੂੰ ਇਸ ਵਾਸਤੇ ਅੱਲਾ ਕਰੀਮ ਫਰਮਾਂਦਾ ਹੈ ਹੁਣ ਤੂੰ ਜਾਣ ਤੇ ਤੇਰੀ ਮਰਜ਼ੀ ਜਾਣੇ ਅਸਾਂ ਆਪਣੀ ਰਹਿਮਤ ਦਾ ਹੱਥ ਤੇਰੇ ਉਤੋਂ ਚਾ ਲਿਆ ਵਲ ਤੂੰ ਸੁਚੇ ਨੇ ਕਿ ਯਾਰ ਮੈਂ ਤਾਂ ਇਤਨਾ ਬੜਾ ਗੁਨਾਹ ਵੀ ਕੋਈ ਨਹੀਂ ਕੀਤਾ ਮੈਂ ਇਤਨਾ ਬੜਾ ਜੁਰਮ ਵੀ ਕੋਈ ਨਹੀਂ ਕੀਤਾ ਨਮਾਜ਼ਾਂ ਵੀ ਪੜਦੇ ਪਾਇਆ ਹੈ ਰੋਜ਼ੇ ਵੀ ਰੱਖਦੇ ਪਾਇਆ ਹੈ ਮਸੀਤਾਂ ਵਿੱਚ ਵੀ ਖਰਚ ਕਰਦੇ ਪਾਇਆ ਮਗਰ ਉਹਦੇ ਬਾਵਜੂਦ ਕਦਮ ਅੱਗਾ ਰੱਖਦੇ ਆ ਤੇ ਦਿਨ ਬਜੇ ਨਾ ਪਿੱਛਾ ਪਿਆ ਵੈਂਦਾ ਹੈ ਇਸ ਵਾਸਤੇ ਅੱਲਾ ਕਰੀਮ ਫਰਮਾਇਆ ਖਬਰਦਾਰ ਜਦਣ ਵੀ ਕੋਈ ਕੰਮ ਕਰਿਆ ਹੈ ਤਾਂ ਪਹਿਲੇ ਮੇਰੀ ਕਿਤਾਬ ਕੋਲੋ ਪੁੱਛਾ ਹੈ ਮੇਰੀ ਕਿਤਾਬ ਅਗਰ ਤੁਹਾਨੂੰ ਹੁਕਮ ਚ ਦੇਵੇ ਤਾਂ ਮੰਨ ਲਵੇ ਆਏ ਅਗਰ ਮੇਰੀ ਕਿਤਾਬ ਤੁਹਾਨੂੰ ਮਨਾ ਕਰ ਦੇਵੇ ਤਾਂ ਮੈਂ ਅੱਲਾ ਆਪਣੀ ਜ਼ਾਤ ਦਾ ਮੂਮਨ ਤੁਹਾਨੂੰ ਵਾਸਤਾ ਦੇ ਕੇ ਆਦਾ ਪਿਆ ਉਸ ਕੰਮ ਦੇ ਕਦਾਈ ਨੇੜੇ ਨਾ ਪੈ ਲਗਿਆ ਜੇ ਅਗਰ ਤੁਸੀਂ ਉਸ ਕੰਮ ਦੇ ਨੇੜੇ ਲੱਗ ਗਏ ਤਾਂ ਮੈਨੂੰ ਅੱਲਾ ਹੋਵਣ ਦੀ ਕਸਮ ਹੀ ਨੇ ਮੈਂ ਤਾਂ ਆਪਣੇ ਪੈਗੰਬਰ ਕੋ ਵੀ ਧਮਕੀਆਂ ਦੇ ਕੇ ਸਮਝਾਇਆ ਹੈ ਤੁਸੀਂ ਕਿਹੜੇ ਬਾਗ ਦੀਆਂ ਮੂਲੀਆਂ ਹੋ ਇਸ ਵਾਸਤੇ ਸੂਰਤ ਨਿਸਾ ਦੇ ਅੰਦਰ ਅੱਲਾ ਕਰੀਮ ਨੇ ਇੱਕ ਮੌਕੇ ਦੇ ਉਤੇ ਆਪਣੇ ਪਾਕ ਪੈਗੰਬਰ ਨੂੰ ਫਰਮਾਇਆ ਵਲਾਉਲਾ ਫਜ਼ਲੁਲਲਾ ਅਲੈਕਾ ਵਰਹਮਤੁਹੁ ਕਿ ਇਹ ਮੇਰਾ ਪਾਕ ਪੈਗੰਬਰ ਅਗਰ ਮੇਰੀ ਰਹਿਮਤ ਤੇਰੇ ਉਤੇ ਨਾ ਹੁੰਦੀ ਮੇਰਾ ਫਜ਼ਲ ਅਗਰ ਤੇਰੇ ਉਤੇ ਨਾ ਹੁੰਦਾ ਤਵਲ ਕਿਉਂਦਾ ਲਉਲਾ ਅੱਲਾਹੁ ਅੱਲਾਹ ਅਗਰ ਮੇਰਾ ਫਜ਼ਲ ਤੇਰੇ ਉਤੇ ਔਰ ਮੇਰੀ ਰਹਿਮਤ ਤੇਰੇ ਉਤੇ ਨਾ ਹੁੰਦੀ ਤਾਂ ਫਿਰ ਕੀ ਹੁੰਦਾ ਅੱਲਾ ਫਰਮਾਂਦਾ ਲਾ ਹਮਤ ਤਾਇਫਾ ਤੁਮ ਮਿਨਹੁਮ ਅਯੁਜ਼ਿਲ ਲੋਕਾ ਇੱਕ ਜਮਾਤ ਮੁਨਾਫਕਾਂ ਦੀ ਉਹ ਜਈ ਟੋਲੀ ਮੇਰਾ ਪੈਗੰਬਰ ਅਯੁਜ਼ਿਲ ਲੋਕਾ ਤੈਨੂੰ ਆਪਣੇ ਰਾਹ ਦੇ ਤੂੰ ਥੜਕਾ ਦੇਵੇ ਆ ਤੈਨੂੰ ਆਪਣੇ ਰਾਹ ਤੂੰ ਕੀ ਕਰ ਦੇਵੇ ਆ ਥੜਕਾਉਣ ਦੀ ਵਜ੍ਹਾ ਕੀ ਹੈ ਕਿ ਜਦੋਂ ਤੁਸੀਂ ਕੁਰਾਨ ਦੇ ਖਿਲਾਫ ਥੀ ਖੜਵਾ ਤੈਨਾ ਤੁਸੀਂ ਕੁਰਾਨ ਦੇ ਜਦਾਂ ਕੁਰਾਨ ਕੋਲ ਹਟ ਕੇ ਫੈਸਲਾ ਕਰੋ ਆ ਤਾਂ ਇੱਕ ਟੋਲੀ ਤੈਨੂੰ ਆਪਣੇ ਇੱਕ ਉਸ ਮਕਾਮ ਦੋ ਤੂੰ ਕੀ ਕਰ ਦੇਵਿਆ ਨਹੀਂ ਉਸ ਲੋਕਾ ਲਿਜਲੂ ਦਾ ਆਮਨ ਆ ਕਿ ਗੁੰਮਰਾਹ ਕਰ ਦੇਵਣਾ ਹਟਾ ਦੇਵਣਾ ਅਸਲ ਰਾਸਤੇ ਦੋ ਤੂੰ ਠੜਕਾ ਦੇਵਣਾ ਬਾਸ ਸਮਝ ਰਹਾ ਹੈ ਕਿ ਨਹੀਂ ਸਮਝ ਰਹਾ ਹੈ ਮਗਰ ਅੱਲਾਹ ਕਹਦਾ ਵਲੌਲਾ ਫਾਜ਼ਲੁਲ ਲਾ ਇਲੈਕਾ ਵ ਰਹਿਮਤੋ ਮੇਰਾ ਫਜ਼ਲ ਵੀ ਆਈ ਤੇ ਨਾਲ ਮੇਰੀ ਰਹਿਮਤ ਵੀ ਆਈ ਤੋ ਮਲੂਮ ਹੋਦਾ ਕਿ ਜਦਾਂ ਪੈਗੰਬਰ ਦਾ ਇਸ ਕੁਰਾਨ ਤੋਂ ਬਿਗੈਰ ਗੁਜ਼ਾਰਾ ਨਹੀਂ ਤੂੰ ਕਿਵੇਂ ਗੁਜ਼ਾਰਾ ਕਰਨ ਦਾ ਵਾਦਾ ਹੈ है फिर इन्हें समझ में बाबा आदि आय जी में जंगल दे जानवर के दरिंदे खुदा रोटी पे रोटी का जिम्मेदार अल्लाह तेरा भी नही इस तरीके नाल तो यह ना समझ के भी मैं कोई दुनिया का ढेर अल्लाह पाक का महबूब हाँ तो प्यारा ता मैं इतना रेजक मिलता पे नहीं 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 की फरावानी जो अल्लाह कारून को दीती है क्यों दीती है हर किसान रिजक योजा मिल है मगर अला करीब फरमा रेजको कम दाई ईमान की हालत देर अल्लाह फरमा दे ਯਹੂਦੀਆਂ ਕੋ ਮਾਲ ਮਿਲਾ ਮਗਰ ਉਸ ਮਾਲ ਦੀ ਕੈਫੀਅਤ ਇਹ ਹੈ ਕਿ ਮੁਸਲਮਾਨਾਂ ਕੋ ਖੂਦ ਤੋ ਪਾਣੀ ਉਹ ਨਾਨ ਪੀਵਣ ਦਿੰਦੇ ਨਾ ਮਗਰ ਜਦ ਹਜ਼ਰਤ ਉਸਮਾਨ ਆ ਕੇ ਮੁਸਲਮਾਨ ਨੇ ਆ ਕੇ ਮੋਲ ਖਰੀਦਾ ਉਸ ਲਈ ਸਾਰਿਆਂ ਕੋ ਆਕਾ ਸੀ ਦਬ ਕੇ ਪੀਵੋ ਕਿ ਇਹ ਵਾਰੀਆਂ ਤੇ ਕੇ ਕੁਝ ਜਿੰਦਾ ਦਿਲ ਦੇ ਪਾਣੀ ਪੀਵੇ ਬਾਤ ਸਮਝ ਆਈ ਕਿ ਨਹੀਂ ਆਈ ਯਾਨੀ ਮਾਲੂਮ ਹੁੰਦਾ ਹੈ ਕਿ ਮੁਸਲਮਾਨ ਦੀ ਦੌਲਤ ਲੋਕਾਂ ਨੂੰ ਨਫਾ ਦਿੰਦੀ ਏ ਮੁਸ਼ਰਕ ਤੇ ਕਾਫਰ ਦੀ ਦੌਲਤ ਵੀ ਕਿਸੇ ਨੂੰ ਨਫਾ ਦੇ ਸਕਦੀ ਨਹੀਂ ਬਹੁਤ ਸਮਝ ਰਿਹਾ ਕਿ ਨਹੀਂ ਰਹੁ ਮੇਰਾ ਅੱਛਾ ਅੱਲਾ ਕਰੀਮ ਫਰਮਾਇਆ ਅਈ ਯੁਜ਼ਿਲੂ ਕਾ ਇਹ ਮੇਰਾ ਪਾਕ ਪੈਗੰਬਰ ਅਨ ਕਰੀਬ ਹੈ ਕਿ ਇੱਕ ਜਮਾਤ ਜਿਹੜੀ ਉਹਨਾਂ ਮੁਨਾਫਕਾਂ ਦੀ ਹੈ ਤੈਨੂੰ ਇਹੋ ਜਿਹਾ ਉਹਨਾਂ ਕੇ ਗੱਲਾਂ ਸਾ ਤੇਰੇ ਸਾਹਮਣੇ ਕੀਤੀਆਂ ਤੂੰ ਤਾਂ ਚੋਕੇ ਆਲੇ ਮੁਲ ਗਾਇਬ ਕੋਈ ਨਹੀਂ ਤੈਨੂੰ ਤਾਂ ਚੋਕੇ ਮੇਰਾ ਪੈਗੰਬਰ ਪਤਾ ਕੋਈ ਨਹੀਂ ਅਨ ਕਰੀਬ ਤੈਨੂੰ ਆ ਕੇ ਥਿੜਕਾ ਦੇਵੇ ਨਾ ਮਗਰ ਮੇਰਾ ਅੱਲਾ ਦਾ ਤੇਰੇ ਉਤੇ ਫਜ਼ਲ ਵੀ ਹੈ ਤੇ ਨਾਲ ਰਹਿਮਤ ਵੀ ਹੈ ਇਸ ਵਜ੍ਹਾ ਤੋਂ ਅੱਲਾ ਕਰੀਮ ਨੇ ਫਰਮਾਇਆ ਵਮਾ ਯੂਜ਼ਿਲੂ ਉਨਾ ਇਲਾਨ ਫੋਸਾਮ ਜੇਕਰ ਤੁਹਾਡਾ ਕੁਰਾਨ ਦੇ ਉਤੇ ਅਮਲ ਰਹਿ ਗਿਆ ਅਗਰ ਤੁਸੀਂ ਕੁਰਾਨ ਦੇ ਮੁਤਾਬਕ ਫੈਸਲੇ ਤੇ ਮਸਲੇ ਬਿਆਨ ਕਰਦੇ ਰਹੇਗਾ ਅੱਲਾਹ ਦੇ ਮੈਨੂੰ ਜ਼ਾਤ ਆਪਣੀ ਦਿੱਕਤ ਸਾਹਮੇ ਮੇਰਾ ਪੈਗੰਬਰ ਵਮਾਯੂ ਜ਼ਿਲੂ ਨਕਾ ਤੁਹਾਨੂੰ ਕੋਈ ਵੀ ਰਸਤੇ ਦੂ ਤੂੰ ਹਟਾ ਨਹੀਂ ਸਕਦਾ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਦੇ ਸਕਦਾ ਤੁਹਾਨੂੰ ਕੋਈ ਥੜਕਾ ਵੀ ਨਹੀਂ ਸਕਦਾ ਥੜਕਦੇ ਤੁਸੀਂ ਉਡਣੋ ਵਨ ਕੇ ਰਾਹ ਦੋ ਤੂੰ ਹਟਦੇ ਤੁਸੀਂ ਉਡਣੋ ਦੋਖਾ ਉਡਣ ਖਾਂਦੇ ਜਦਾਂ ਕੁਰਾਨ ਕੋਲੋਂ ਹਟ ਗੜਦੇ ਹੋ ਕੁਰਾਨ ਸੁਲੇਮਾਨ ਕੋਲੋਂ ਪੁੱਛਣਾ ਤੁਹਾਡਾ ਕੰਮ ਹੈ ਸਿੱਧੀ ਇੱਕ ਪਗ ਡੰਡੀ ਦੇ ਉੱਤੇ ਖੜਾ ਕਰ ਦੇਵਣਾ ਇਸ ਅੱਲਾ ਦੇ ਕੁਰਾਨ ਦਾ ਕੰਮ ਹੈ ਜਦੋਂ ਵੀ ਕੋਈ ਖਤਾ ਖਾਸ ਹੋ ਤਾਂ ਕੁਰਾਨ ਕੋਲੋਂ ਹਟਸੋ ਜਦੋਂ ਨਹੀਂ ਕਰੀ ਕਾਂ ਕੋ ਧੱਕ ਲੱਗੇ ਤਾਂ ਉਹਦੀ ਉਹ ਅਸਲ ਮੇਨ ਵਜ੍ਹਾ ਇਹ ਕਿ ਕੁਰਾਨ ਕੋਲੋਂ ਦੂਰ ਹੋ ਗਿਆ ਅਗਰ ਕੁਰਾਨ ਦੇ ਮੁਤਾਬਕ ਰਾਂਦਾ ਤਾਂ ਕਦਾਈ ਉਹਨੂੰ ਧੱਕ ਲੱਗ ਸਕਦਾ ਕਿਉਂ ਅੱਲਾ ਫਰਮਾਦਾ ਵਮਾ ਯੁਜ਼ਿਲੂਨ ਇਲਾ ਅਨਫੁਸਹੁਮ ਇਹ ਮੇਰਾ ਪੈਗੰਬਰ ਵਾ ਮਾ ਯਜ਼ੁਰੂ ਨਾ ਕਮਿਨ ਸ਼ਈਲ ਉਹ ਤੈਨੂੰ ਰੱਤੀ ਬਰਾਬਰ ਵੀ ਤਕਲੀਫ ਦੇ ਸਕਦੇ ਕੋਈ ਨਹੀਂ ਜਦਣ ਵੀ ਤਕਲੀਫ ਦੇ ਸਨ ਉਹ ਆਪਣੇ ਆਪ ਕੋ ਦੇ ਸਨ ਕਿਉਂ ਇਸ ਵਾਸਤੇ ਅੱਲਾ ਕਰੀਮ ਨੇ فرمایا ਵਾਨ ਜ਼ਲਲਾਹੁ ਅਲੈਕਲ ਕਿਤਾਬ ਇਹ ਮੇਰਾ ਪਾਕ ਪੈਗੰਬਰ ਅਸਾਂ ਜੋ ਤੇਰੇ ਉਤੇ ਨਾਜ਼ਿਲ ਕੀਤੀ ਹੈ ਕਿਤਾਬ ਵਲ ਹਿਕਮਤ ਨਾਲ ਹਿਕਮਤ ਦਨਾਈ ਵੀ ਅਸਾਂ ਤੇਰੇ ਉਤੇ ਕੀ ਕੀਤੀ ਹੈ ਨਾਜ਼ਿਲ ਫਰਮਾ ਦਿੱਤੀ ਹੈ ਮੇਰਾ ਪੈਗੰਬਰ ਤੇ ਵਅਲਮ ਕਮਾਲਮ ਤਕੁਨ ਤੈਨੂੰ ਅਸਾਂ ਉਹ ਕੁਝ ਸਿਖਾ ਦਿੱਤਾ ਜਿਹਦਾ ਤੇਰੇ ਕੋਲ ਇਲਮ ਕੋਈ ਨਹੀਂ ਵਅਲਮ ਕਮਾਲਮ ਤਕੁਨ ਤਾਲਮ ਅਸਾਂ ਤੈਨੂੰ ਉਹ ਸਿਖਾ ਦਿੱਤਾ ਜਿਹੜੀ ਚੀਜ਼ ਦਾ ਤੈ ਮੁਹੰਮਦੁਰ ਰਸੂਲullah ਕੋਲ ਇਲਮ ਮੌਜੂਦ ਕੋਈ ਨਹੀਂ जेड़े आदि नबी हाज़िर भी है नबी नाजिर भी है नबी करीम साम आले मुल्ख बिन ओलिया अल आले मुल्ख्खैब बिन अल्लाह करीम फरमान ना मुराद कुरान दे फैसले को कोई नहीं मनया तेरे नाल दा काफिर अल्लाह की कनात दे अंदर कोई नहीं क्यों अल्लाह द कुरान अद ला यूही तू नबे शई मिन इलम ही इला बिमाशाह मेरा पाग पैगम्बर ला यूही तू नबे मिन इलमी ਮੇਰੇ ਇਲਮ ਦਾ ਕੋਈ ਇਹਾਤਾ ਨਹੀਂ ਕਰ ਸਕਦਾ ਹਾਂ ਹਾਂ ਜੇ ਅਗਰ ਇਲਾ ਬਿਮਾਸ਼ਾ ਅਗਰ ਮੈਂ ਜਿੰਨਾ ਚਾਹਾਂ ਉਸਨੂੰ ਉਨਾ ਇਲਮ عطا ਕਰ ਦੇਣਾ ਨਾ ਮੇਰੀ ਮਰਜ਼ੀ ਤੋਂ ਬਗੈਰ ਕੋਈ ਇਲਮ ਰੱਖਣ ਦੀ ਵੀ ਤਾਕਤ ਨਹੀਂ ਰੱਖ ਸਕਦਾ ਕਿਸੇ ਚੀਜ਼ ਦੇ ਉੱਤੇ ਉਬੂਰ ਕਰਨ ਦੀ ਵੀ ਤਾਕਤ ਨਹੀਂ ਰੱਖ ਸਕਦਾ ਲਾ ਯੂਹੀ ਤੂ ਨ ਬਿਸ਼ਈਮ ਮਿੰ ਇਲਮ ਹੀ ਇਲਾ ਬਿਮਾਸ਼ਾ ਜਿੰਨਾ ਮੈਂ ਚਾਹਦਾ ਉਨਾ ਉਹਨੂੰ ਦੇ ਦੇਣਾ ਮੇਰੀ ਮਰਜ਼ੀ ਤੋਂ ਬਗੈਰ ਮੇਰਾ ਪੈਗੰਬਰ ਇਲਮ ਵੀ ਹਾਸਲ ਕੋਈ ਨਹੀਂ ਕਰ ਸਕਦਾ ਹੁਣ ਹਾਲਾਤ ਇਹ ਕੁਝ ਕਿ ਮੇਰਾ ਪੈਗੰਬਰ ਤੇਰੇ ਕੋਲ ਦੂਜਾ ਮਾਤਾਈਆਂ ਖਲੋਤੀਆਂ ਮੁਨਾਫਕਾਂ ਦੀਆਂ ਉਹਨਾਂ ਦੀ ਗਟੋਲੀ ਤੇ ਮੁਹੰਮਦੁਰ ਰਸੂਲੁਲਲਾਹ ਕੋਲ ਮੌਜੂਦ ਹੈ ਮਗਰ ਆ ਕੇ ਆਪਣਾ ਫੈਸਲਾ ਕਰੰਦਨ ਗੱਲਾਂ ਗੱਲਾਂ ਦੇ ਅੰਦਰ ਤੈਨੂੰ ਆ ਕੇ ਥੜਕਾਵਣ ਦੀ ਕੋਸ਼ਿਸ਼ ਕਰਦਨ ਇਸ ਵਾਸਤੇ ਮੈਂ ਤੈਨੂੰ ਬਾਰ ਬਾਰ ਆਦਾ ਵਾਨਜ਼ਲਨਾ ਇਲੈਕਲ ਕਿਤਾਬ ਬਿਲ ਹਕ ਜਦਾਂ ਤੇਰੇ ਕੋਲ ਹਕ ਆ ਗਿਆ ਮੇਰਾ ਪੈਗੰਬਰ ਮਲ ਤੂੰ ਵੀ ਅਗਰ ਫੈਸਲਾ ਕਰੇ ਤਾਂ ਇਸੇ ਕਿਤਾਬ ਕੁਰਾਨ ਨਾਲ ਕਰੇ ਅਗਰ ਤੂੰ ਇਨਾਂ ਦੀ ਮਰਦ ਦੇ ਮੁਤਾਬਕ ਚੱਲ ਪਿਆ ਉਹਨਾਂ ਦੀ ਕਈ ਇੱਕ ਗੱਲ ਦੇ ਉੱਤੇ ਲੱਗ ਗਿਆ ਮੇਰਾ ਪੈਗੰਬਰ ਉਮਮਤ ਦਾ ਵੀ ਨੁਕਸਾਨ ਹੋਣਾ ਹੈ ਤੇ ਤੁਹਾਡਾ ਵੀ ਆਪਣਾ ਵੀ ਨੁਕਸਾਨ ਹੋਣਾ ਹੈ ਮੇਰਾ ਪਾਕ ਪੈਗੰਬਰ ਮੈਂ ਤੁਹਾਨੂੰ ਤਾਂ ਹੀ ਪਿਆ ਦੱਸਿਆ ਨਾ ਜੋ ਤੁਸੀਂ ਵੀ ਇਨਸਾਨ ਹੋ ਇਨਸਾਨਾਂ ਨੂੰ ਭੁਲੇਖੇ ਤੇ ਮਗਾਲ ਤੇ ਵੀ ਲੱਗ ਵਹਿੰਦੇ ਰਹਿੰਦੇ ਜਿਵੇਂ ਪਹਿਲੇ ਨਹੀਂ حضرت ਆਦਮ ਅਲੈਹਿਸਲਾਮ ਕੋ ਲੱਗ ਗਿਆ ਲੱਗਿਆ ਉਸਕਾ ਨਹੀਂ ਲੱਗਿਆ ਉਸਨੂੰ ਸ਼ੈਤਾਨਾਂ ਨੂੰ ਵਸ ਲੈ ਕਿ ਆ ਆਦਮ ਕਾਗਨ ਲਿਸ ਅਪਾਲਕੋ ਮਗਰ ਰਕਾਈ ਦਿਵਾਰਾਂ ਤ ਤਰ ਦਿੱਤੀ ਰਖਿਓ ਉਸ ਅੱਲਾ ਫਰਮਾਉਂਦਾ ਫਾਨਾਸ ਯਾ ਆਦਮ ਅਰਸਾ ਦਰਾਜ ਦੇਲੇ ਗੁਜ਼ਰਿਆ ਤੇ ਭੁੱਲ ਗਿਆ ਸਾਡਾ ਫਾਗ ਪੈਗੰਬਰ ਵੱਲ ਜਨੇਲੇ ਸ਼ੈਤਾਨ ਆਇਆ ਤੇ ਉਜਾਗਾ ਮੈਨੂੰ ਕਸਮ ਖੁਦਾ ਦੀ ਉਸਲੇ ਹਜ਼ਰਤ ਆਦਮ ਅਲੈ ਸਲਾਮ ਆਖਿਆ ਯਾਰ ਇਸ ਜੇਤੇ ਇਤਬਾਰ ਕੋਈ ਨਹੀਂ ਪਰ ਅੱਲਾ ਦੀ ਕਸਮ ਜੋ ਦੇਂਦਾ ਪਿਆ ਨਹੀਂ ਗੱਲ ਸਮਝਾਈ ਤੁਹਾਨੂੰ ਮੇਰੇ ਖਾਲੇ ਉਸਾ ਕਿ ਆਪ ਖੁਦਾ ਦੀ ਕਸਮ ਲਈ ਮੈਂ ਤੈਨੂੰ ਸੱਚੀ ਗੱਲ ਪਿਆ ਕਰੇਨਾ ਲੋਕਾਂ ਨੇ ਵੀ ਹਜ਼ਰਤ ਆਦਮ ਨੂੰ ਗੁੰਮਰਾਹ ਕੀਤਾ ਉਲੂ ਦੇ ਪੱਠੇ ਅੱਲਾ ਦਾ ਹਜ਼ਰਤ ਆਦਮ ਨੂੰ ਕੇ ਭੁੱਲ ਗਿਆ ਚੇਤਾ ਤੇ ਦੂਜੀ ਗੱਲ ਇਹ ਕਿ ਉਸ ਖੁਦਾ ਦੇ ਨਾਂ ਦਾ ਕੇ ਰਿਵਾਇਤ ਇਤਵਾਰ ਰਿਵਾਇਆ ਨਾ ਹੁਣ ਮੈਂ ਜੇ ਤੁਹਾਨੂੰ ਉਂਹ ਹਾਲ ਹਾਲ ਖੱਤੀ ਬਿਠਾ ਕੇ ਮੇਰੇ ਕੋਲ ਕੁਰਾਨ ਨਾ ਹੋਵੇ ਤੁਸੀਂ ਮੇਰੀ ਕਈ ਗੱਲ ਮੰਨੋ ਜੇ ਅਗਰ ਮੇਰੀ ਜ਼ੁਬਾਨ ਦੇ ਉਤੇ ਇਤਵਾਰ ਕੀਤੀ ਪਿਆ ਤਾਂ ਉਹਦੀ ਵਜ੍ਹਾ ਕੀ ਹੈ ਅਗੋਂ ਇਹ ਜੋ ਸਾਰੇ ਤੁਸੀਂ ਮੇਰੇ ਨਾਲ ਰਹੀ ਸੀ ਮਾਸ਼ਾਅੱਲਾ ਜ਼ਿਆਦੇ ਹੋ ਬਜ਼ੁਰਗ ਵੀ ਹੋ ਸਭ ਕੁਝ ਹੋ ਮੈਂ ਤਾਂ ਇੱਕ ਹਕੀਰ ਜਿਆ ਤੇ ਨਲਾਇਕ ਜਾਂ ਤਾਲਬ ਇਲਮ ਆ ਇਹ ਸਾਰੇ ਜੋ ਬੈਠੇ ਹੋ ਤਾਂ ਕਿਸ ਵਜ੍ਹਾ ਤੋਂ ਬੈਠੇ ਹੋ ਇਸੇ ਕੁਰਾਨ ਦੇ ਵਿੱਚ ਤੋਂ ਬੈਠੇ ਬਾਤ ਸਮਝ ਆ ਰਹੀ ਕਿ ਨਹੀਂ ਆ ਰਹੀ ਤਾਂ ਤੁਹਾਨੂੰ ਇਤਬਾਰ ਦੇ ਅੰਦਰ ਲਿਆਉਣ ਵਾਲੀ ਕਿਹੜੀ ਕਿਤਾਬ ਹੈ ਹਾਲਾਂਕਿ ਨਾ ਤੁਸੀਂ ਮੇਰੀ ਜ਼ਾਤ ਜਾਣਦੇ ਨਾ ਮੇਰੀ ਪਾਤ ਜਾਣਦੇ ਨਾ ਮੇਰਾ ਘਰ ਜਾਣਦੇ ਕਈ ਸ਼ਾਇਦ ਤੁਸੀਂ ਨਹੀਂ ਜਾਣਦੇ ਇਸ ਮੁਤਲਕ ਮਗਰ ਇਤਬਾਰ ਕਹਿੰਦੇ ਹੋ ਤਾਂ ਕਿਤੇ ਬੈਠੇ ਹੋ ਕੋਲ ਦੀ ਕਿਤਾਬ ਦੇ ਉਤੇ ਮੈਂ ਆਪਾਂ ਇਤਬਾਰ ਦੀ ਵਹੀ ਬੈਠਾ ਤਾਂ ਅੱਲਾਹ ਦੀ ਕੁਰਾਨ ਉਲੀ ਬੈਠਾ ਤਾਂ ਤੁਹਾਨੂੰ ਵੀ ਇਤਬਾਰ ਹੈ ਕਿ ਨਹੀਂ ਮੀਆਂ ਅੱਲਾਹ ਦਾ ਕਲਾਮ ਹੈ ਇਸ ਵਾਸਤੇ ਉਸ ਵਾਕਾ ਖੁਦਾ ਦੀ ਕਸਮ ਹੈ ਤਾਂ ਉਹਨਾਂ ਨੇ ਫਰਮਾਇਆ ਕਿ ਯਾਰ ਇਹ ਤਾਂ ਅੱਲਾਹ ਦੇ ਨਾਮ ਦੀ ਕਸਮ ਚਾਹਦਾ ਪਿਆ ਤਾਂ ਇਹੋ ਜੇ ਜਗਤ ਉਤੇ ਆ ਕੇ ਬੰਦੇ ਨੂੰ ਮਗਾਲਤੇ ਲੱਗ ਸਕਦੇ ਬੰਦੇ ਨੂੰ ਮਗਾਲਤੇ ਉਹਨਾਂ ਦੇ ਮਗਾਲਤੇ ਦੂਰ ਕਰਨ ਵਾਸਤੇ ਅੱਲਾਹ ਕਿਹੜੀ ਕਿਤਾਬ ਨਾਜ਼ਿਲ ਫਰਮਾਈ ਕੁਰਾਨ ਅੱਲਾਹ ਦੇ ਪੁੱਛ ਸਹੀ ਇਹ ਦੇ ਕੋਲੋ ਕਿਤਾਬ ਕੋਲੋ ਪੁੱਛਦਾ ਰਸੇ ਤਾਂ ਹਿਦਾਇਤ ਉਤੇ ਰਸੇ ਕੁਰਾਨ ਕੋਲ ਜਦ ਹਟ ਗਿਆ ਤਵਾਂ ਤੂੰ ਗਮਰਾ ਹੋਈ ਸੋ ਬੜੀਆਂ ਬੜੀਆਂ ਕੌਮਾਂ ਲੋਕ ਅਕਸਰੀਅਤ ਆਪਣੇ ਮੌਲਵੀ ਤੇ ਪੀਰ ਤੇ ਉਸਤਾਦ ਦੀ ਰੂਹ ਰਿਆਇਤ ਕਰਕੇ ਮਸਲਕ ਨੂੰ ਛੋੜ ਦਿੰਦੇ ਨੇ ਆਪਣੀ ਬਰਾਦਰੀ ਤੇ ਕੌਮ ਦੇ ਪਿੱਛੇ ਲੱਗ ਕੇ ਕੁਰਾਨ ਦੇ ਉਹਨਾਂ ਅਹਕਾਮ ਨੂੰ ਛੋੜ ਦਿੰਦੇ ਨੇ ਹੁਣ ਅਗਲੇ ਦਿਨ ਮੈਂ ਗਾਲਬਨ ਤੁਹਾਨੂੰ ਇੱਕ ਮਸਲਾ ਸਮਝਾਇਆ ਹੈ ਇੱਕ ਮਾਮੂਲੀ ਜਿਹੀ ਗੱਲ ਹੈ ਲੋਕਾਂ ਨੂੰ ਅਖੀਵੇਂ ਨਾ ਕਿ ਯਾਰ ਤੁਸੀਂ ਪਰਦੇ ਦਾ ਇਹ ਤਮਾਮ ਕਿਉਂ ਨਹੀਂ ਕਰਦੇ ਬਾਤ ਸਮਝਾ ਰਹੀ ਕਿ ਨਹੀਂ ਆ ਰਹੀ वो अगो आखते कि यार हूँ अगर करिए तो पितरेर नाराज हो बिरादरी नाराज होती है खालू ज़ाद नाराज होता है ऐ फला मुआसरा भी हो पर हूँ के हो गए न असल मुशरेक आदमी इजो असल मुशरे कौन है इो है क्यों जितब तो हुक्म आ गया कि मेरा पैगंबर जे मेरे हुक्मआफे काम नहीं करेंगे वह काफेन वजह क्या बनी है ਇਸ ਅੱਲਾ ਦੇ ਹੁਕਮ ਕੋ ਤਾਂ ਪਰਤਾ ਛੋੜਿਆ ਸ ਪਬਲਿਕ ਕੋ ਦੇਖ ਕੇ ਅਗਵਾ ਦੇ ਵੀ ਹੁਣ ਇਹਦੇ ਹੋਂਦਿਆ ਮੈਂ ਇਹ ਕੰਮ ਕਿਵੇਂ ਕਰਾਂ ਗੱਲ ਸਮਝ ਆਈਏ ਕਿ ਨਹੀਂ ਆਈ ਖੁਦਾ ਦੀ ਅੱਗੇ ਇੱਕ ਮੈਂ ਖਲ ਹੀ ਗਾਲਬਨ ਇੱਕ ਸਾਹਬੀ ਹੈ ਨਬੀ ਪਾਕ ਸੱਲਮ ਦੇ ਜਿਹਲੇ ਕੁਰਾਨ ਦੀ ਆਇਤ ਨਾਜ਼ਿਲ ਹੋਈ ਕਿ ਯਹੂਦੀ ਜਿਹੜੇ ਨਾ ਆਪਣੇ ਮੌਲਵਿਆਂ ਤੇ ਪੀਰਾਂ ਕੋ ਖੁਦਾ ਬਣੇ ਦਨ ਸਾਹਬੀ ਸਵਾਲ ਕੀਤਾ ਯਾ ਰਸੂਲ ਅੱਲਾ ਖੁਦਾ ਦਾ ਕੀ ਮਤਲਬ ਹੈ ਬਣਾਵਣ ਦਾ ਉਹਨਾਂ ਆਖੇ ਜਿੱਥਾ ਖੁਦਾ ਦਾ ਹੁਕਮ ਆ ਵੰਨੇ ਉੱਥਾਂ ਇਹ ਆਖਣਾ ਕਿ ਜਿੱਥਾ ਸਾਡੇ ਪੀਰ ਦਾ ਹੁਕਮ ਹੈ ਉਹ ਪਹਿਲੇ سارے پیر تے مولوی دا حکم پہلے خدا دا حکم بعد وچ تے ایویں سمجھو کہ اے انہاں نو کیا بناونا ہے خدا بناونا ہے تے اس واسطے جتھا وی شریعت دے احکام لاگو ہیں جب تک اس دے مقتو تے مکمل اکمل ہو کے کام نہ کرے سو او دخلو فی سلم کافد تے عمل کدی ہو سکدا نہیں ਬਾ ਸਮਝ ਆ ਰਹੀ ਏ ਕਿ ਨਹੀਂ ਆ ਰਹੀ ਤੇ ਖੁਸ਼ ਬਾਸ਼ ਵਧੇ ਹਨ ਜਨਾਬ ਆਪਣੇ ਆਪ ਦੇ ਦਾਵੇ ਮੁਸਲਮਾਨ ਹੈ ਦਾੜੀਆਂ ਜਨਾਬ ਵਧਾਈਆਂ ਹੋਈਆਂ ਆਸਾਂ ਤੇ ਬਸ ਇੱਕ ਜ਼ੋਰ ਆਸਾਂ ਇੱਕ ਦੋ ਚੀਜ਼ਾਂ ਦੇ ਉਤੇ ਦਿੱਤਾ ਵੀ ਸਾਡੇ ਨਾਲ ਦਾ ਮੁਅਹਿਦ ਜਿਸ ਜਿਸ ਕੌਮ ਦੇ ਅੰਦਰ ਪਰਦੇ ਵਾਲੀ ਗੈਰਤ ਨਹੀਂ ਬਾ ਬਾ ਆਹ ਸਭ ਤੋਂ ਵੱਡਾ ਬੇਗੈਰਤ ਸੂਰ ਹੁੰਦਾ ਹੈ ਜਾਨਵਰਾਂ ਦੇ ਵਿੱਚੋਂ ਅੱਜ ਕਾ ਉਹ ਮਰਦ ਹੈ ਜਿਸ ਦੀ بیوی ਗੈਰ ਮਰਦਾਂ ਨਾਲ ਵਨ ਕੇ ਬਾਜ਼ਾਰ ਵਿੱਚ ਹਮ ਕਲਾਮ ਹੋਵੇ ਹੈ ਉੱਥੇ ਜਾ ਕੇ ਉਹਨਾਂ ਦੇ ਨਾਲ ਸੌਦੇ ਕਰੇ ਕੀ ਐਸਾ ਗਯੂਰ ਕਿਹੜਾ ਮਰਦ ਹੈ ਜਿਸ ਦੀ ਗੈਰਤ ਗਵਾਰਾ ਕਰੇ ਕਿ ਉਸ ਦੀ ਔਰਤ ਬੇਪਰਦ ਹੋ ਕੇ ਉਹਨਾਂ ਨਾਲ ਗੱਲ ਕਰੇ ਉਹਨਾਂ ਦਾ ਵੀ ਅਗੂ ਤਮਾਸ਼ਾ ਵੇਖ ਕਿ ਵੀ ਦੁਕਾਨਦਾਰ ਅਗੂ ਪਰਦਾ ਲੜਕਾਈ ਬੈਠੇ ਨੇ ਜਿਹੜਾ ਆਪ ਦੁਕਾਨਦਾਰ ਉਹਦੇ ਦਾਹ ਸ਼ਗਿਰਦਨ ਉਹਨਾਂ ਕੋਲ ਪਰਦਾ ਕੋਈ ਨਹੀਂ ਬਾਹਰ ਵਾਲੀ ਸਾਈਡ ਤੋਂ ਉਹਨਾਂ ਪਰਦਾ ਕਿਆ ਇਸ ਸ਼ੈਤਾਨ ਨੇ ਸਾਡੀ ਅੱਖਾਂ 'ਚ ਖਾਕ ਸੱਟੀ ਹੈ ਕਿ ਨਹੀਂ ਸੱਟੀ ਭਾਈ ਜਨਾਬ ਔਰਤੋਂ ਕੇ ਲਈ ਪਰਦੇ ਕਾ ਅਲੈਦਾ ਇੰਤਜ਼ਾਮ ਹੈ ਜਿਹੜੇ ਉਹ ਅੰਦਰ ਲਗੇ ਉਹ ਮਾਮੇ ਲਗਦੇ ਨੇ ਇਸ ਵਾਸਤੇ ਇਸ ਇਨਸਾਨੀਅਤ ਦੇ ਅੰਦਰ ਜਿਹੜਾ ਕੋਲੋ ਬੇਗੈਰਤੀ ਤੇ ਵੀ ਹਿੱਸਾ ਹੀ ਆਮ ਹੋ ਚੁੱਕੀ ਹੈ ਇਸ ਵਾਸਤੇ ਕੁਰਾਨ ਦੀ ਕੁਰਾਨ ਦੀ ਗੱਲ ਨੂੰ ਗੱਲ ਨੂੰ ਕੁਰਾਨ ਕੁਰਾਨ ਸਮਝਦਾ ਨਹੀਂ ਬੰਦਾ ਬੇਹਿਸ ਹੋ ਚੁੱਕਾ ਇਨਸਾਨ ਬਾਰ ਬਾਰ ਕੁਰਾਨ ਪਾਕ ਦੀ بارش ਹੋ ਰਹੀ ਹੈ ਮਗਰ ਉਹਦੇ باوجود ਉਹ ਬੇਗਰਤੀ ਤੇ ਬੇਹਸੀ ਅੱਗੇ ਕੋਲੋਂ ਵੱਧਦੀ ਜਾ ਰਹੀ ਏ ਰੱਤੀ ਇਮਾਨ ਦੇ ਅੰਦਰ ਨਹੀਂ ਆ ਰਹੀ ਉਹਦੀ ਵਜ੍ਹਾ ਕੀ ਹੈ ਕਿ ਕੁਰਾਨ ਮੁੱਢੋਂ ਅੰਦਰ ਆਇਆ ਵੀ ਇਸ ਵਾਸਤੇ ਮੇਰੇ ਭਾਈਓ ਖੁਦਾ ਦਾ ਜਿਹੜਾ ਹੁਕਮ ਹੈ ਉਸ ਹੁਕਮ ਦੇ ਖਿਲਾਫ ਨਹੀਂ ਕਰਨਾ ਜੇ ਅਗਰ ਕਰੇ ਸੋ ਤਾਂ ਫਿਰ ਇਹ ਫਤਵੇ ਸਾਡੇ ਉੱਤੇ ਲੱਗਣੇ ਇਹਦਾ ਮਤਲਬ ਇਹ ਨਹੀਂ ਕਿ ਯਹੂਦੀਆਂ ਦੇ ਉੱਤੇ ਫਤਵੇ ਲੱਗਣ ਤੇ ਅਸਾਂ ਕੋ ਖੁਦਾ ਦੇ ਰਿਸ਼ਤੇਦਾਰ ਹੈ ਇਹ ਨਹੀਂ ਹੋ ਸਕਦਾ ਅੱਛਾ ਫਿਰ ਦੇਖੋ ਕਾਬਲੇ ਤਾਂ ਨਹੀਂ ਬੈਠੇ ਅੱਲਾ ਕਰੀਮ ਫਰਮਾਉਂਦਾ ਹੈ ਕਿ اے ਮੇਰੇ پاک ਪੈਗੰਬਰ ਮੁਹੰਮਦੁਰ ਰਸੂਲੁਲਲਾ वाहम कमालम तहू तो पता कोई नहीं मैं जेड़ा कुछ तेन सिरा पैगम्बर फैसला करें मुहमद उल रसूल अगू अल्लाह करीम फरमा वाह काना फजल उल्ला अलई का अजीमा ए मेरा पाग पैगंबर मुहम्मद उल रसूल्लाह मेरा तेरे उजल अजीमे मैं तेरे उड़ा सारा फजल किता मेरा पाग ਪੈਗੰਬਰ ਮਲੂਮ ਹੁੰਦਾ ਹੈ ਅੱਲਾਹ ਦੇ ਫਜ਼ਲ ਦੇ ਬਗੈਰ ਅੱਲਾਹ ਦੀ ਰਹਿਮਤ ਦੇ ਬਗੈਰ ਅੱਲਾਹ ਦੇ ਇਲਮ ਸਿਖਾਏ ਦੇ ਬਗੈਰ ਪੈਗੰਬਰ ਵੀ ਦਮ ਨਈ ਮਾਰ ਸਕਦਾ ਜਦਾਂ ਤੈਨੂੰ ਵੀ ਜ਼ਰੂਰਤਾਂ ਵੰਨਣ ਕੁਰਾਨ ਤੇਰੇ ਘਰ ਦੇ ਅੰਦਰ ਮੌਜੂਦ ਹੈ ਇਸ ਨੂੰ ਖੋਲ ਕੇ ਪੜਨਾ ਤੇਰਾ ਕੰਮ ਹੈ ਤੈਨੂੰ ਖੁਦਾ ਇਤੋਂ ਤੱਕ ਹਾਲਾਂਕਿ ਤੂੰ ਤਾਂ ਵਡੇਰਿਆਂ ਨਾਲ ਵਨ ਕੇ مشورہ ਕਰੇ ਨਾ ਬੇ ਰਿਸ਼ਤਾ ਕਿਥਾਂ ਕਰਾਂ ਤੂੰ ਆਪਣੀ ਕੌਮ ਦੇ ਸੰਜੀਦਾ ਆਦਮੀਆਂ ਕੋਲ ਵਨ ਕੇ ਪੁੱਛਦਾ ਹੈ ਇਹ ਘਰਾਣਾ ਕੀ ਹੋ ਜਿਆ ਤੇ ਇਹ ਘਰਾਣਾ ਕੀ ਹੋ ਜਿਆ ਨਹੀਂ ਅੱਲਾਹ ਕਰੀਮ ਫਰਮਾਉਂਦਾ ਹੈ ਆ ਮੇਰੇ ਕੋਲ ਪੁੱਛ ਤੈਨੂੰ ਘਰਾਂ ਨੇ ਦੀ ਤਾਇਨ ਮੈਂ ਖੁਦ ਅੱਲਾ ਕਰੀਮ ਕਰ ਦੇਣਾ ਕਿਸ ਘਰ ਵਿੱਚ ਤੂੰ ਰਿਸ਼ਤਾ ਕਰਨਾ ਕਿਸ ਘਰ ਵਿੱਚ ਤੂੰ ਰਿਸ਼ਤਾ ਨਹੀਂ ਕਰਨਾ ਜਦਾਂ ਤੁਹਾਡੀਆਂ ਇਸਤਾਂ ਦਾ ਮੁਹਾਫਜ਼ ਵੀ ਮੈਂ ਅੱਲਾ ਕਰੀਮ ਆਪਾਂ ਤੈ ਉਹ ਜਮ ਮਸ਼ਰ ਵੀ ਖੈਰ ਦੇ ਮੈਂ ਅੱਲਾ ਕਰੀਮ ਤੁਹਾਨੂੰ ਆਪ ਦੇਣਾ ਉਹਨਾ ਜਿਸ ਦੇ ਅੰਦਰ ਤੁਹਾਡੀ ਭਲਾਈ ਆਉਂਦੀ ਹੈ ਮੁਆਸ਼ਰੇ ਦੀ ਭਲਾਈ ਆਉਂਦੀ ਹੈ ਤੁਹਾਡੀ ਧੀ ਭੈਣ ਦੀ ਇੱਜ਼ਤ ਤੇ ਕਦਰ ਆਉਂਦੀ ਹੈ ਜਿੱਥਾਂ ਤੁਹਾਡੀ ਵੀ ਇੱਜ਼ਤ ਤੇ ਕਦਰ ਆਉਂਦੀ ਹੈ ਅਗਰ ਕੁਰਾਨ ਕੋਲ ਪੁੱਛ ਕੇ ਅਗਰ ਫਰਿਸ਼ਤਾ ਨਾ ਕਰੇ ਸੋ ਕੁਰਾਨ ਕੋਲੋਂ ਪੁੱਛ ਕੇ ਅਗਰ ਫੈਸਲਾ ਨਾ ਕਰੇ ਸੋ ਤਾਂ ਅੱਲਾ ਕਰੀਮ ਫਰਮਾਂਦਾ ਜਿਵੇਂ ਉਹ ਯਹੂਦੀ ਜ਼ਲੀਲ ਤੇ ਖੁਆਰ ਹੋ ਕੇ ਮੌਜੀਜ਼ੀ ਦੇ ਦੇ ਕੇ ਉਹਨਾਂ ਦੇ ਕੋ ਹੱਥ ਜੋੜ ਜੋੜ ਕੇ ਜ਼ਿੰਦਗੀ ਗੁਜ਼ਰਿਆ ਦੇ ਪੈਣ ਤੁਸੀਂ ਵੀ ਇਸੇ ਤਰੀਕੇ ਨਾਲ ਬੇਇੱਜ਼ਤ ਤੇ ਜ਼ਲੀਲ ਹੋ ਸੋ ਕਦਾਈਂ ਵੀ ਸੁਖ ਦਾ ਸਾਹ ਨਾ ਗਿਨ ਸੋ ਅਗਰ ਇੱਜ਼ਤ ਪਾਉਣੀ ਨੇ ਆਓ ਮੇਰੇ ਕੁਰਾਨ ਕੋਲੋਂ ਮਸਲੇ ਪੁੱਛਣਾ ਤੁਹਾਡਾ ਕੰਮ ਹੈ ਤੇ ਹਿਦਾਇਤ ਦੀ ਪਗ ਡੰਡੀ ਦੇ ਉੱਤੇ ਖੜਾ ਦੇਵਣਾ ਮੇਰੇ ਕੁਰਾਨ ਪਾਕ ਦਾ ਕੰਮ ਹੈ

अल्लाह पाग फरमा अदल इंसाफ न फैसला करे मेरा पाग पैगंबर जो अगर अल्लाह को अपने जुर्म के गुनाह की माफी मंगाए मेरे पाग पैगंबर उम्मत मुहम्मद रसूर उल्ला तलीम देता पै के जदन कुछ थ तो बनना है तो इसे कुरान नाल बनना है इस तू इलावा तो कुछ भी नहीं बन सकता الله أمل لي دي توفيق دي